इंग्लैंड के 36 इलाकों में बीते 15 दिनों में कोरोना का कहर दोबारा बढ़ गया। इसका खुलासा अज जारी हुए आंकड़े तो होया। सेहत मंत्री ने कहा है कि पूर्वी इंग्लैंड के 3,30,000 लोगों को मुड़ तालाबंदी का सामना करना पवेगा, जिथे कि गैर जरूरी दुकाना स्कूलों से होर थावां बंद कर दिती गई ने। कोरोना वायरस के वधन का मुख्य कारण लोगों वालों समाजिक दूरी के नियमों की उलंघना करना मनिया जा रहा है। ब्यूरो रिपोर्ट, आवाज़ एकम टीवी। ਕੋਰੋਨਾ ਲਾਗ ਦੀ ਬਿਮਾਰੀ ਦੌਰਾਨ ਦੇਸ਼ ਦੇ 20 ਕਰੋੜ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ ਅਤੇ ਉਹਨਾਂ ਨੂੰ 2 ਟਾਈਮ ਦੀ ਰੋਟੀ ਲਈ ਵੀ ਤਰਸਣਾ ਪੈ ਰਿਹਾ ਹੈ। ਇਸ ਦੌਰਾਨ ਮਾਣਯੋਗ ਹਾਈ ਕੋਰਟ ਵੱਲੋਂ ਸਕੂਲ ਫੀਸਾਂ ਸੰਬੰਧੀ ਆਏ ਫੈਸਲੇ ਨਾਲ ਲੋਕਾਂ 'ਚ ਕਾਫ਼ੀ ਰੋਸ ਹੈ। ਇਹ ਗੱਲ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਜਲੰਧਰ ਪ੍ਰਧਾਨ ਰੂਬਲ ਸੰਧੂ ਨੇ ਕਹੀ। ਸੰਧੂ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਹਰ ਸ਼ਹਿਰ 'ਚ ਬੱਚਿਆਂ ਦਾ ਪਰਿਵਾਰ ਸੜਕਾਂ 'ਤੇ ਉਤਰ ਕੇ ਆਪਣੇ ਘਰਾਂ ਦੇ ਹਾਲਾਤ ਦੱਸ ਚੁੱਕਿਆ ਹੈ, ਪਰ ਇਸ ਸਮੇਂ ਮਾਣਯੋਗ ਹਾਈ ਕੋਰਟ ਵੱਲੋਂ ਬੱਚਿਆਂ ਦੀ ਪੂਰੀ ਫੀਸ ਸਕੂਲ ਨੂੰ ਦੇਣ ਦਾ ਫੈਸਲਾ ਕਈ ਪਰਿਵਾਰਾਂ ਨੂੰ ਪਰੇਸ਼ਾਨੀ 'ਚ ਪਾ ਸਕਦਾ ਹੈ। ਉਹਨਾਂ ਕਿਹਾ ਕਿ ਤਾਲਾਬੰਦੀ 'ਚ ਵੀ ਸਕੂਲਾਂ ਦੇ ਖਰਚੇ ਹੋ ਸਕਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਬੱਚਿਆਂ ਤੋਂ ਪੂਰੀ ਫੀਸ ਵਸੂਲੀ ਜਾਵੇ। ਸ਼ਿਵ ਸੈਨਾ ਪੰਜਾਬ ਬੱਚਿਆਂ ਅਤੇ ਪਰਿਵਾਰਾਂ ਦੇ ਹੱਕ 'ਚ ਸਕੂਲ ਮਾਫੀਆ ਖਿਲਾਫ਼ ਹਮੇਸ਼ਾ ਸੰਘਰਸ਼ ਕਰਦੀ ਰਹੇਗੀ ਅਤੇ ਇਸ ਮਾਮਲੇ ਨੂੰ ਮਾਣਯੋਗ ਸੁਪਰੀਮ ਕੋਰਟ ਤੱਕ ਲੈ ਕੇ ਜਾਵੇਗੀ। ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। इंग्लैंड के 36 इलाकों में बीते 15 दिनों में कोरोना का कहर दोबारा बढ़ गया। इसका खुलासा आज जारी हुए आंकड़े तो होया। सेहत मंत्री ने कहा है कि पूर्वी इंग्लैंड के 3,30,000 लोगों को मुड़ तालाबंदी का सामना करना पवेगा, जिथे कि गैर जरूरी दुकाना स्कूलों से होर थावां बंद कर दिती गई ने। कोरोना वायरस के वधन का मुख्य कारण लोगों वालों समाजिक दूरी के नियमों की उलंघना करना मनिया जा रहा है। ब्यूरो रिपोर्ट, आवाज़ एकम टीवी।